ਆਪਣੀ ਮੰਗ ਨੂੰ ਲੈ ਕੇ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਚੜ੍ਹ ਗਈਆਂ ਮਿੰਨੀ ਸੈਕਟਰੀਏਟ ਦੇ ਗੇਟ 'ਤੇ ਅਤੇ ਖਾਲੀ ਭਾਂਡੇ ਖੜਕਾ ਕੇ ਕੀਤਾ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ। ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੀਆਂ, ਜਿੱਥੇ ਅੱਜ ਖਾਲੀ ਭਾਂਡੇ ਖੜਕਾ ਕੇ ਆਂਗਣਵਾੜੀ ਵਰਕਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ। ਦੱਸ ਦਈਏ ਕਿ ਪਿਛਲੇ 13 ਮਹੀਨਿਆਂ ਤੋਂ ਇਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ, ਜਿਸ ਨੂੰ ਲੈ ਕੇ ਇਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ। ਅਤੇ ਅੱਜ ਇਹਨਾਂ ਵੱਲੋਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੇ ਉੱਤੇ ਚੜ੍ਹ ਕੇ, ਮਿੰਨੀ ਸੈਕਟਰੀਏਟ ਦੇ ਗੇਟ 'ਤੇ ਚੜ੍ਹ ਕੇ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਅਤੇ ਖਾਲੀ ਭਾਂਡੇ ਖੜਕਾਏ ਗਏ। ਇਸ ਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੀ ਬਾਹਰ ਦੀਆਂ ਇਹ ਸਾਰੀਆਂ ਤਸਵੀਰਾਂ, ਜਿੱਥੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਭਾਵੇਂ ਤਨਾਤ ਸੀ, ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਵੱਲੋਂ ਬਠਿੰਡਾ ਦੇ ਮਿੰਨੀ ਸੈਕਟਰੀਏਟ ਦੇ ਗੇਟ 'ਤੇ ਚੜ੍ਹ ਕੇ ਭਾਂਡੇ ਖੜਕਾਏ ਗਏ ਅਤੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹਨਾਂ ਮੰਗ ਕੀਤੀ ਹੈ ਕਿ ਸਰਕਾਰ ਸਾਡੀ ਪਿਛਲੇ 13 ਮਹੀਨਿਆਂ ਤੋਂ ਜੋ ਤਨਖਾਹ ਨਹੀਂ ਮਿਲਦੀ ਉਹ ਜਲਦੀ ਤਨਖਾਹ ਪਾਵੇ, ਤਾਂ ਜੋ ਇਹਨਾਂ ਦੇ ਘਰ ਦੇ ਜਿਹੜੇ ਅੰਦਰਲੇ ਭਾਂਡੇ ਹਨ ਉਹ ਖਾਲੀ ਨਾ ਰਹਿਣ। ਇਸ ਨੂੰ ਲੈ ਕੇ ਜਿਨ੍ਹਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਖਾਲੀ ਭਾਂਡੇ ਖੜਕਾ ਕੇ ਇਹਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਮੈਂ ਜੀ ਪ੍ਰਕਾਸ਼ ਕੌਰ ਸੋਹੀ, ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਜੀ। ਅਤੇ ਸਾਡਾ ਧਰਨੇ ਦੀ ਲਗਾਤਾਰਤਾ ਅੱਜ ਜੀ 6ਵਾਂ ਦਿਨ ਹੈ ਅਤੇ ਪ੍ਰਸ਼ਾਸਨ ਦੇ ਕੰਮ 'ਤੇ ਕੋਈ ਜੂ ਨਹੀਂ ਸਰਕੀ ਜੀ, ਇਸ ਕਰਕੇ ਸਾਨੂੰ ਫਿਰ ਇੱਕ ਸਟੈਪ ਚੱਕਣਾ ਪਿਆ। ਕੱਲ੍ਹ ਵੀ ਵੈਸੇ ਅਸੀਂ ਗੇਟ ਰੋਕਿਆ ਸੀਗਾ ਸ਼ੁੱਕਰਵਾਰ, ਤਾਂ ਪੀਪੇ ਖੜਕਾਏ ਸੀ, ਪਰ ਕੋਈ ਇਹਨਾਂ ਨੇ ਹਿਲਜੁਲ ਕਰੀ ਨਹੀਂ, ਸਾਡੇ ਕੋਲ ਕੋਈ ਮੈਸੇਜ ਨਹੀਂ ਆਇਆ ਵੀ ਕੁਛ ਹੋ ਰਿਹਾ। ਤਾਂ ਅੱਜ ਅਸੀਂ ਪੂਰਾ 1 ਘੰਟਾ ਜੀ ਗੇਟ ਲੌਕ ਕੀਤਾ ਅਤੇ ਉੱਪਰ ਕੋਸ਼ਿਸ਼ ਕੀਤੀ ਲੰਘਣ ਦੀ, ਤਾਂ ਫਿਰ ਅੱਜ ਆਵਾਜ਼ ਸੁਣੀ ਗਈ ਅਤੇ ਅੱਜ ਸਾਡੇ ਖੜਿਆ ਹੀ ਡਾਇਰੈਕਟਰ ਮੈਡਮ ਨਾਲ ਵੀ ਗੱਲ ਹੋਈ, ਭੁੱਲਰ ਸਾਹਿਬ ਨਾਲ ਵੀ ਗੱਲ ਹੋਈ, ਤਾਂ ਅੱਜ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਵੀ 5-6 ਦਿਨਾਂ ਤੱਕ ਤੁਹਾਡੀ ਪੇ ਆਜੂਗੀ। ਜੋ DD ਪਾਵਰਾਂ ਦਾ ਮਸਲਾ ਸੀਗਾ ਵੀ ਸਾਈਨ ਹੋਣੇ ਸੀ DD ਪਾਵਰਾਂ 'ਤੇ, ਉਹ ਆਪਣਾ ਦੇ ਨਹੀਂ ਸੀ ਰਹੇ ਇਹ PO ਮੈਡਮ ਨੂੰ, ਤਾਂ ਅੱਜ ਇਹਨਾਂ ਨੇ PO ਸਾਹਿਬ ਨੂੰ ਉਹ ਮਤਲਬ ਅਧਿਕਾਰ ਦੇ ਤਾ ਵੀ ਉਹਨਾਂ ਦੇ ਸਾਈਨ ਹੋਣਗੇ, ਅਤੇ ਉਮੀਦ ਕਰਦੇ ਹਾਂ ਵੀ ਅਗਲੇ ਹਫ਼ਤੇ ਸਾਡੀ ਤਨਖਾਹ ਆਜੂ, ਪਰ ਧਰਨਾ ਸਾਡਾ ਲਗਾਤਾਰ ਜਾਰੀ ਰਹੂਗਾ ਜਦ ਤੱਕ ਸਾਡੇ ਕੋਲ ਪੈਸਾ ਨਹੀਂ ਆਏਗਾ। ਮਕਸਦ ਤਾਂ ਜੀ ਇਹ ਹੀ ਆ ਵੀ ਕੱਲ੍ਹ ਤਾਂ ਪੀਪੇ ਸੀ ਵੀ ਪੀਪਿਆਂ 'ਚੋਂ ਖਾਣਾ ਮੁੱਕ ਗਿਆ, ਅਤੇ ਹੁਣ ਜਿਹੜਾ ਮਾੜਾ ਮੋਟਾ ਕਿਸੇ ਖਲ ਖੁੰਝੇ ਪਿਆ ਸੀ ਉਹ ਥਾਲੀਆਂ 'ਚੋਂ ਵੀ ਖਤਮ ਹੋ ਗਿਆ ਜੀ। ਬੱਚੇ ਘਰੇ ਸਾਡੇ ਸਿਰਾਣੇ ਥਾਲ ਖੜਕਾਉਂਦੇ ਆ ਅਤੇ ਅਸੀਂ ਪ੍ਰਸ਼ਾਸਨ ਮੂਹਰੇ ਖੜਕਾਉਂਦੇ ਆ ਵੀ ਅਸੀਂ ਕੀ ਕਰੀਏ, ਅਸੀਂ ਭੁੱਖੇ ਹਾਂ, ਸਾਡੇ ਬੱਚੇ ਭੁੱਖੇ ਬੈਠੇ ਆ। ਧਰਨਾ ਸਮਾਪਤ ਹੋਊਗਾ? ਨੋ ਜੀ, ਨੋ ਧਰਨਾ, ਜਿੰਨਾ ਚਿਰ ਸਾਨੂੰ ਇਹ ਸਰਕਾਰ ਦਾ ਕੋਈ ਯਕੀਨ ਨਹੀਂ ਜੀ, ਸਾਨੂੰ ਕਦੇ ਵੀ ਇਹਨਾਂ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ, ਜਦ ਤੱਕ ਸਾਡੇ ਅਕਾਊਂਟ 'ਚ ਪੈਸਾ ਨਹੀਂ ਆਊਗਾ ਅਸੀਂ ਇੱਥੋਂ ਨਹੀਂ ਉੱਠਾਂਗੇ। ਜੇ ਟਰੈਲੀ ਕੱਢ ਕੇ ਉੱਠਾਂਗੇ ਜੀ ਇੱਥੋਂ, ਉਨੀ ਦੇਰ ਨਹੀਂ ਉੱਠਾਂਗੇ। ਆਨਲਾਈਨ ਕੰਮ ਨਹੀਂ ਕਰਾਂਗੇ। ਮੇਰਾ ਨਾਮ ਅਖਲ ਕੌਰ ਹੈ, ਮੈਂ ਜ਼ਿਲ੍ਹਾ ਸੈਕਟਰੀ ਬਲਾਕ ਪ੍ਰਧਾਨ। ਕੀ ਕਹਿਣਾ ਚਾਹੋਗੇ ਜਿਹੜਾ ਅੱਜ ਦਾ ਧਰਨਾ ਸੀਗਾ ਤੇ ਤੁਹਾਨੂੰ ਗੇਟ ਵੀ ਟੱਪਣਾ? ਅੱਜ ਜਿਹੜਾ ਸਾਡਾ ਧਰਨਾ ਸੀ ਇਹ 6ਵੇਂ ਦਿਨ ਦਾ ਧਰਨਾ ਸੀ। ਅਸੀਂ ਇਹ ਪਹਿਲਾਂ ਇਹਨਾਂ ਨੂੰ 15 ਦਿਨ ਪਹਿਲਾਂ ਅਲਟੀਮੇਟਮ ਦਿੱਤਾ ਸੀ ਵੀ ਸਾਡੀ 15 ਦਿਨ 16 ਤਰੀਕ ਤੱਕ ਸਾਡੀ ਤਨਖਾਹ ਖਾਤਿਆਂ ਵਿੱਚ ਪੈ ਜੇ, ਜੇਕਰ ਨਹੀਂ ਪੈਂਦੀ ਤਾਂ ਅਸੀਂ ਇੱਥੇ ਲਗਾਤਾਰ ਆਪਣੇ ਸੈਂਟਰ ਬੰਦ ਕਰਕੇ ਇੱਥੇ ਧਰਨਾ ਲਗਾਵਾਂਗੇ। ਅਤੇ ਅਸੀਂ ਇੱਥੇ 6ਵੇਂ ਦਿਨ ਹੋ ਗਿਆ ਧਰਨਾ ਲਗਾਏ ਬੈਠੇ ਨੂੰ, ਪਰ ਸਾਡੀ ਸੁਣਵਾਈ ਨਹੀਂ ਹੋਈ। ਕੋਈ ਵੀ ਨੁਮਾਇੰਦਾ ਆ ਕੇ ਇੱਥੇ ਸਾਡਾ ਪੁੱਛਣ ਨਹੀਂ ਆਇਆ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਤੇ ਨਾ ਹੀ ਕਿਸੇ ਨੇ ਸਾਨੂੰ ਕੋਈ ਪਾਣੀ ਦਾ ਪ੍ਰਬੰਧ
ਨਾ ਕੋਈ ਸਾਡਾ ਇੱਥੇ ਪੁੱਛਿਆ ਵੀ ਤੁਸੀਂ ਕੋਈ ਮੰਗ ਪੱਤਰ ਦੇਣਾ ਹੈਗਾ। ਫਿਰ ਇਸ ਕਰਕੇ ਸਾਨੂੰ ਥਾਲੀਆਂ ਖੜਕਾ ਕੇ ਗੇਟ ਉੱਤੇ ਚੜ੍ਹਨਾ ਪਿਆ ਅਤੇ ਸਾਡੇ ਜਿਹੜੇ ਵਰਕਰ ਹੈ ਉਹਨਾਂ ਦੀ ਇੰਨੀ ਹਾਲਤ ਖਰਾਬ ਹੈ ਕਿ ਦੇਖ ਲਓ ਤੁਸੀਂ ਵੀ ਇੱਥੇ ਜਿਹੜੇ ਸੈਂਟਰ ਕਿਰਾਏ 'ਤੇ ਚੱਲ ਰਹੇ ਆ ਅਤੇ 2 ਸਾਲ ਦਾ 2022 ਦਾ ਕਿਰਾਇਆ ਮਿਲਿਆ ਹੋਇਆ 25-30 ਹਜ਼ਾਰ ਰੁਪਇਆ ਕਿਰਾਇਆ ਹੋਇਆ ਪਿਆ ਵਰਕਰਾਂ ਦਾ ਜਿਹੜਾ ਉਹਨਾਂ ਨੇ ਆਪਦੇ ਪੱਲਿਓਂ ਭਰਿਆ ਉਹ ਕਿਰਾਇਆ ਵੀ ਨਹੀਂ ਆਇਆ। ਤਨਖਾਹ ਹੈ ਉਹ 14 ਮਹੀਨੇ ਹੋ ਗਏ ਉਹ ਨਹੀਂ ਪਈ। ਦੇਖੋ ਤੁਸੀਂ ਘਰੇ ਕੀ ਹਾਲਾਤ ਹੋਣਗੇ ਅਤੇ ਹੈਲਪਰਾਂ ਦਾ ਇੰਨਾ ਬੁਰਾ ਹਾਲ ਹੈ ਵਿਚਾਰੀਆਂ ਨਾ ਤਾਂ ਉਹ ਡਿਊਟੀ 'ਤੇ ਕੰਮ ਕਰ ਡਿਊਟੀ 'ਤੇ ਆਉਂਦੀਆਂ ਤਾਂ ਬਾਹਰ ਉਹਨਾਂ ਨੂੰ ਕੋਈ ਕੰਮ ਨਹੀਂ ਦੇ ਰਿਹਾ ਕਿਉਂਕਿ ਇੱਕ ਤਾਂ ਉੱਥੇ ਵੱਜ ਜਾਂਦਾ ਫਿਰ ਬਾਹਰ ਉਹਨਾਂ ਨੂੰ ਕੋਈ ਕੰਮ ਨਹੀਂ ਮਿਲਦਾ ਅਤੇ ਉਹ ਇੰਨਾ ਦੁਖੀ ਹੈ ਨਾ ਉਹ ਕਹਿੰਦੀਆਂ ਵੀ ਅਸੀਂ ਸਾਨੂੰ ਮਜਬੂਰ ਹੋ ਜਾਣਾ ਪੈਣਾ ਸਾਨੂੰ ਛੱਡਣ 'ਤੇ ਹੀ ਜੇਕਰ ਸਾਨੂੰ ਤਨਖਾਹ ਨਾ ਮਿਲੀ ਤਾਂ ਸਾਨੂੰ ਇਹ ਆਪਣੀ ਜਿਹੜੀ ਆਪਣੀ ਆਪਣੀ ਜਿਹੜੀ ਨੌਕਰੀ ਹੈ ਛੱਡ ਜਾਵਾਂਗੇ। ਹਾਂਜੀ ਮੈਡਮ ਵੱਲੋਂ ਕੀ ਵਿਸ਼ਵਾਸ ਦਿਵਾਇਆ? ਮੈਡਮ ਨੇ ਤਾਂ ਕਿਹਾ ਵੀ ਤੁਹਾਡਾ ਪ੍ਰੋਸੈਸ ਹੈ ਜਿਹੜਾ ਉਹ ਚਾਲੂ ਹੋ ਗਿਆ 7 ਦਿਨਾਂ 'ਚ ਤੁਹਾਡੀ ਤਨਖਾਹ ਪੈ ਜੂਗੀ ਪਰ ਸਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਕੰਮ 2 ਮਿੰਟਾਂ ਦਾ ਇੱਕ ਸਾਈਨ ਕਰਨੇ ਆ ਅਤੇ ਉਹ 7 ਦਿਨ 'ਤੇ ਕੀ ਕਰਨਾ ਉਹਨਾਂ ਨੇ? ਉਹਨਾਂ ਦੇ ਕੋਲ ਇੱਕ ਪਾਵਰ ਦੇਣੀ ਹੈ ਉਹਨਾਂ ਨੇ ਵੀ ਆਹ ਪਾਵਰ ਲਓ ਤੁਸੀਂ ਅਤੇ ਖਾਤਿਆਂ 'ਚ ਪਾਓ ਜਿਹੜੀ ਕਿ ਪੀ ਓ ਮੈਡਮ ਨੂੰ ਵੀ ਦੇ ਸਕਦੇ ਆ ਅਤੇ ਉਹ ਸਾਡੀ ਤਨਖਾਹ ਖਾਤਿਆਂ 'ਚ ਪਾ ਸਕਦੇ ਆ। ਜੇਕਰ ਜਿੰਨਾ ਚਿਰ ਸਾਡੀ ਤਨਖਾਹ ਨਹੀਂ ਮਿਲਦੀ ਉਨਾ ਚਿਰ ਨਹੀਂ ਭਾਵੇਂ ਸਾਨੂੰ ਮਹੀਨਾ ਬੈਠਣਾ ਪੈ ਜਾਵੇ ਅਸੀਂ ਹੁਣ ਸੈਂਟਰ ਨਹੀਂ ਖੋਲ੍ਹਾਂਗੇ ਉਨਾ ਚਿਰ। ਹਾਂਜੀ।